ਗੁਰੂ ਰੂਪ ਹੋਰ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਕੌਮ ਨੂੰ, ਸੁੱਤੀ ਹੋਈ ਕੌਮ ਨੂੰ ਜਗਾਇਆ ਅਤੇ ਕੌਮ ਦੀ ਆਜ਼ਾਦੀ ਦੇ ਲਈ ਜੋ ਕਦਮ ਚੁੱਕਿਆ, ਜੋ ਸੰਘਰਸ਼ ਚਲਾਇਆ, ਉਸ ਸੰਘਰਸ਼ 'ਤੇ ਚੱਲਦੇ ਹੋਏ ਕਈ ਲੱਖਾਂ ਹਜ਼ਾਰਾਂ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ, ਅਤੇ ਉਸੇ ਸ਼ਹੀਦੀਆਂ ਦੇ ਉੱਤੇ ਜੋ ਸਾਡੇ ਪਰਿਵਾਰਾਂ ਦੇ ਉੱਤੇ ਜ਼ੁਲਮ ਹੋਇਆ, ਜੋ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਹੋਇਆ, ਉਸੇ ਜ਼ੁਲਮ ਨੂੰ ਮੁੱਖ ਰੱਖਦੇ ਹੋਏ ਜੋ ਪ੍ਰੋਟੈਸਟ ਹਰ ਸਾਲ ਯੂਕੇ ਦੇ ਵਿੱਚ ਹੁੰਦਾ ਹੈ ਅਤੇ ਲਾਸਟ ਪਿਛਲੇ 30 ਸਾਲਾਂ ਤੋਂ ਹੁੰਦਾ ਆ ਰਿਹਾ, ਆਉਣ ਵਾਲੇ ਸਾਲ 2014 ਵਿੱਚ ਵੀ ਉਹ ਪ੍ਰੋਟੈਸਟ ਹੋਣਾ ਹੈ, ਅਤੇ ਹੁਣ ਜਿਹੜੀ ਯੂਥ ਉਸ ਟਾਈਮ 30 ਸਾਲ ਪਹਿਲਾਂ ਛੋਟੀ ਸੀ ਜਾਂ ਖਤਮ ਕਰ ਦਿੱਤੀ ਗਈ ਸੀ, ਅੱਜ ਉਹ ਯੂਥ ਫਿਰ ਮੁੜ ਉਸੇ ਸਥਾਨ 'ਤੇ ਆ ਚੁੱਕੀ ਹੈ ਜਿੱਥੋਂ ਤੁਸੀਂ ਸਾਰਿਆਂ ਨੇ ਸ਼ੁਰੂ ਕੀਤਾ ਸੀ, ਮੇਰੇ ਵੱਡੇ ਭਰਾਵਾਂ ਨੇ, ਸਾਡੇ ਬਜ਼ੁਰਗਾਂ ਨੇ। ਮੈਂ ਅੱਜ ਚਾਹੁੰਦਾ ਇਹੀ ਬੇਨਤੀ ਕਰਦਾ ਤੁਹਾਡੇ ਸਾਰਿਆਂ ਨੂੰ ਕਿ ਜਿਹੜਾ ਅਗਲੇ ਸਾਲ ਵਾਲਾ ਜੋ ਪ੍ਰੋਗਰਾਮ ਪ੍ਰੋਟੈਸਟ ਹੋਣਾ ਚਾਹੀਦਾ ਹੈ ਅਤੇ ਉਹ ਯੂਥ ਪ੍ਰੋਟੈਸਟ ਇਸ ਨੂੰ ਰੱਖੇ, ਸਾਰਾ ਔਰਗਨਾਈਜ਼ ਕਰੇ। ਤੁਸੀਂ ਸਾਰੇ ਜਾਣੇ ਉਹਨਾਂ 'ਤੇ ਪ੍ਰੈਸ਼ਰ ਪਾਉਣ ਦੀ ਬਜਾਏ, ਉਹਨਾਂ ਨੂੰ ਪਿੱਛੇ ਖਿੱਚਣ ਦੀ ਬਜਾਏ, ਲੱਤਾਂ ਖਿੱਚਣ ਦੀ ਬਜਾਏ, ਉਹਨਾਂ ਦੀ ਸਪੋਰਟ ਕਰੋ, ਉਹਨਾਂ ਦੇ ਮੋਢੇ ਦੇ ਉੱਤੇ ਹੱਥ ਰੱਖੋ, ਕਿਉਂਕਿ ਜਦੋਂ ਕੋਈ ਵੀ ਸਮਾਂ ਪੈ ਕੇ ਹਰ ਰੁੱਖ ਹੁੰਦਾ, ਉਹਦੀ ਵੀ ਮਿਆਦ ਖਤਮ ਹੋ ਜਾਂਦੀ, ਉਹ ਵੀ ਝੜ ਜਾਂਦਾ। ਅੱਜ ਜਿਹੜੇ ਸਾਡੇ ਨੌਜਵਾਨ, ਜਿਹੜੇ ਬਜ਼ੁਰਗ ਅੱਗੇ ਆਏ ਹੋਏ ਆ, ਉਹਨਾਂ ਦੀਆਂ ਵੀ ਉਮਰਾਂ ਦੇਖ ਲਓ, ਕੱਲ੍ਹ ਨੂੰ ਕਿਸੇ ਨੇ ਚਲਾ ਜਾਣਾ ਜਾਂ ਪਰਸੋਂ ਕਿਸੇ ਨੇ ਚਲਾ ਜਾਣਾ, ਬੰਦੇ ਦਾ ਤਾਂ ਇੱਕ ਮਿੰਟ ਦਾ ਭਰੋਸਾ ਵੀ ਨਹੀਂ ਹੈਗਾ। ਅਤੇ ਜਿਹੜੀ ਸਾਡੀ ਯੂਥ ਹੈਗੀ ਆ, ਉਹਨਾਂ ਨੂੰ ਤੁਸੀਂ ਜੇ ਆਪਦਾ ਸਹਾਰਾ ਦਿਓਗੇ, ਉਹਨਾਂ ਦੇ ਮੋਢੇ 'ਤੇ ਹੱਥ ਰੱਖੋਗੇ, ਤਾਂ ਜਿਹੜੇ ਤੁਹਾਡੇ ਨਾਲ ਦੇ ਨੇ ਹੋਰ ਬਜ਼ੁਰਗ ਜਿਹੜੇ ਗਾਂ, ਉਹ ਵੀ ਉਹਨਾਂ ਨੂੰ ਸਪੋਰਟ ਕਰਨਗੇ, ਕਿਉਂਕਿ ਤੁਸੀਂ ਜੇ ਹੁਣ ਸਪੋਰਟ ਕਰੋਗੇ, ਕਿਉਂਕਿ ਆਉਣ ਵਾਲੀਆਂ ਨਸਲਾਂ ਦੇ ਵਿੱਚ ਇਹ ਯੂਥ ਨੇ ਨਹੀਂ ਜਾਣਾ, ਬਜ਼ੁਰਗਾਂ ਨੇ ਨਹੀਂ ਰਹਿਣਾ। ਮਾਫ਼ ਕਰਿਓ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਲੀਡ ਕਰਨ ਲਈ ਯੂਥ ਆਊਗੀ, ਨਾ ਕਿ ਬਜ਼ੁਰਗਾਂ ਨੇ ਆਉਣਾ, ਕਿਉਂਕਿ ਹਰੇਕ ਸਮੇਂ ਦੇ ਨਾਲ ਹਰੇਕ ਚੀਜ਼ ਵੀ ਚੇਂਜ ਹੁੰਦੀ ਜਾਂਦੀ ਆ ਅਤੇ ਹਰੇਕ ਇਨਵਾਇਰਮੈਂਟ ਵੀ ਚੇਂਜ ਹੁੰਦਾ। ਸੋ ਮੈਂ ਇਹੀ ਕਹੂੰਗਾ ਕਿ ਜਿਹੜੇ ਨੌਜਵਾਨ ਆ, ਨੌਜਵਾਨਾਂ ਨੂੰ ਮੂਹਰੇ ਆਇਆ ਜਾਵੇ, ਕਿਉਂਕਿ ਜਿਹੜੇ ਨੌਜਵਾਨ ਉਹ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਮੂਹਰੇ ਲਿਆ ਕੇ ਲਿਆਂਦਾ ਜਾਵੇ, ਕਿਉਂਕਿ ਨੌਜਵਾਨਾਂ ਦੇ ਵਿੱਚ ਏਕਤਾ ਬਹੁਤ ਹੈਗੀ ਆ ਅਤੇ ਏਕਤਾ ਰਹੂਗੀ। ਜੇ ਵੱਖਵਾਦ ਹੈਗਾ ਤਾਂ ਇੱਕ ਦੂਸਰੇ ਦੇ ਖਿਲਾਫ਼ ਹੰਡੀ ਵਰਚਾ ਹੈਗਾ, ਉਹ ਬਜ਼ੁਰਗਾਂ ਦੇ ਵਿੱਚ ਆ, ਨੌਜਵਾਨਾਂ ਦੇ ਵਿੱਚ ਨਹੀਂ ਹੈਗਾ। ਨੌਜਵਾਨਾਂ ਨੂੰ ਮੂਹਰੇ ਲਿਆਉਣ, ਨੌਜਵਾਨ ਇਹ ਪ੍ਰੋਟੈਸਟ ਜਿਹੜਾ ਔਰਗਨਾਈਜ਼ ਕਰ ਲੈਣਗੇ ਅਤੇ ਤੁਹਾਨੂੰ ਕਿਸੇ ਵੀ ਕੇਸ ਗੱਲੋਂ ਜਾਂ ਕਿਸੇ ਪਾਸੋਂ ਵੀ ਉਲਾਂਭਾ ਨਹੀਂ ਆਊਗਾ, ਜਿਹੜੇ ਸਪੋਰਟ ਕਰਨਗੇ ਕਿ ਨੌਜਵਾਨਾਂ ਨੇ ਆਹ ਕੰਮ ਗਲਤ ਕੀਤਾ। ਤੁਸੀਂ ਸਪੋਰਟ ਕਰੋ, ਜਿਹੜੇ ਤੁਸੀਂ ਸਪੋਰਟ ਕਰੋਗੇ ਸਾਡੇ ਉਹ ਸਾਰੇ ਨੌਜਵਾਨ ਇਸ ਕੌਮ ਨੂੰ, ਜਿਹੜੇ ਤੁਸੀਂ ਜ਼ਿੰਮੇਵਾਰੀ ਦੇਵੋਗੇ, ਉਹਨੂੰ ਬਖੂਬੀ ਨਿਭਾਉਣਗੇ। ਅਤੇ ਕਿਉਂਕਿ ਇਹ ਪ੍ਰੋਟੈਸਟ ਇਸ ਸਾਲ ਤਾਂ ਹੋਣਾ ਨਹੀਂ ਹੈਗਾ, ਜਿਹੜਾ ਗਾਂ ਨੂੰ ਖਤਮ ਹੋ ਜਾਊਗਾ ਹਰ ਸਾਲ। ਮੈਂ ਤਾਂ ਫਿਰ ਇਹੀ ਕਹੂੰਗਾ ਕਿ ਜਿਹੜਾ ਇਹ ਪ੍ਰੋਗਰਾਮ ਆ, ਇਹ ਯੂਥ ਨੂੰ ਹੀ ਦਿੱਤਾ ਜਾਵੇ, ਪਿਆਰ ਨਾਲ ਸਾਰਾ ਇਹ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕੀਤਾ ਜਾਵੇ, ਕਿਉਂਕਿ ਜਿਹੜਾ ਪ੍ਰੋਗਰਾਮ ਹੈ ਇਹ ਕਰਨਾ ਤਾਂ ਯੂਥ ਨਹੀਂ ਹੈਗਾ। ਅਤੇ ਸੋ ਬੇਨਤੀ ਹੋਈ ਸਾਰਿਆਂ ਨੂੰ ਪੂਰੇ ਕਿ ਪਿਆਰ ਨਾਲ ਪ੍ਰੋਗਰਾਮ ਔਰਗਨਾਈਜ਼ ਕੀਤਾ ਜਾਵੇ ਅਤੇ ਵੱਖ ਵੱਖ ਜਥੇਬੰਦੀਆਂ ਜਿਹੜੇ ਵੀ ਯੂਥ ਆ ਉਹਨਾਂ ਨੂੰ ਮੂਹਰੇ ਲਿਆਂਦੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਾਰਾ ਜਿਹੜਾ ਤੁਸੀਂ ਚੱਲ ਸੁਣਦੇ ਅਤੇ ਭਾਈ ਵੀਰ ਸਿੰਘ ਹੋਣਾ ਦਾ ਮੈਂ ਥੈਂਕ ਯੂ ਵੈਰੀ ਮੱਚ ਕਿ ਮੈਂ ਚਾਹੁੰਦਾ ਹੈਗਾ ਜਿਹੜਾ ਮਾਹੌਲ ਆਪਾਂ ਹੁਣ ਰੱਖੋ ਹੋਰ ਰੱਖਣਾ ਹੈਗਾ, ਜਿਹਦੇ 'ਚ ਆਪਣੀ ਚੰਗੀ ਤਰ੍ਹਾਂ ਆਪਾਂ ਗੱਲਬਾਤ ਕਰ ਸਕੀਏ। ਅਤੇ ਤੁਸੀਂ ਮੇਰੇ ਨਾਲ ਸਾਰੇ ਸਿਆਣੇ ਹੈਗੇ, ਪਰ ਤੁਸੀਂ ਜੇ ਇਤਰਾਜ਼ ਨਾ ਕਰੋ ਤਾਂ ਮੇਰੇ ਖਿਆਲ ਨਾਲ ਆਪਾਂ ਨੂੰ ਥੋੜ੍ਹੀ ਵਿਚਾਰ ਕਰਨੀ ਚਾਹੀਦੀ ਕਿ ਆਪਣੇ ਗਰਾਊਂਡ ਰੂਲਸ ਕੀ ਹੈਗੇ ਆ, ਫਿਰ ਆਪਾਂ ਥੋੜ੍ਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦਾ ਧਿਆਨ ਰੱਖਾਂਗੇ ਨਾ, ਅਤੇ ਫਿਰ ਆਪਣੀ ਜਿਹੜੀ ਮੀਟਿੰਗ ਹੈਗੀ ਕਾਮਯਾਬ ਹੋਏਗੀ। ਅਤੇ ਉਹ ਉਹਨੇ ਸਲਾਈਡ ਲਾ ਲੈਣਾ ਹੈਗਾ ਅਤੇ ਆਪਾਂ ਉਂਝ ਕਰਕੇ ਜੇ ਤੁਹਾਨੂੰ ਕਿਸੇ ਚੀਜ਼ ਸਹੀ ਗੱਲ ਹੋਏ ਤਾਂ ਤੁਸੀਂ ਪਲੀਜ਼ ਤਬਦੀਲੀ ਕਰ ਸਕਦੇ ਹੋ।
ਗਲਤ ਇਹ ਹੈਗਾ ਕਿ ਆਪਾਂ ਕਿਸੇ ਵੀ ਨਾ ਜਥੇਬੰਦੀ ਦੀ ਜਾਂ ਕਿਸੇ ਇੰਡੀਵਿਜੁਅਲ ਦੀ ਆਪਾਂ ਕ੍ਰਿਟੀਸਾਈਜ਼ ਨਹੀਂ ਕਰਨੀ। ਅੱਜ ਇਹ ਟਾਈਮ ਹੀ ਹੈਗਾ, ਅੱਜ ਹੈਗਾ ਆਪਾਂ ਪਾਸ ਨੂੰ ਛੱਡ ਕੇ ਗਾਂਹ ਕੀਤਾ ਜਾਣਾ ਹੈਗਾ। ਦੂਸਰੀ ਗੱਲ ਹੈਗੀ ਹੈ ਕਿ ਆਪਾਂ ਨੂੰ ਥੋੜ੍ਹੀ ਕੰਸਟਰਕਟਿਵ ਰਹਿਣਾ ਪੈਣਾ। ਆਪਾਂ ਨੂੰ ਕੰਸਟਰਕਟਿਵ ਦਾ ਮੇਰਾ ਮਤਲਬ ਭਾਵ ਇਹ ਹੈਗਾ ਕਿ ਦੇਖੋ 30 ਸਾਲ ਬਹੁਤ ਜ਼ਿਆਦਾ ਆਪਾਂ ਤਕਲੀਫਾਂ ਝੱਲੇ ਹੈਗੇ ਹਾਂ, ਅਤੇ ਮੈਂ ਐਕਚੁਅਲੀ ਆਪਣੇ ਵੱਲੋਂ ਤਾਂ ਸਰ ਸਲਾਮ ਕਰਨਾ ਗਲਤ ਵਰਡ ਹੈਗਾ, ਪਰ ਮੈਂ ਰੀਅਲੀ ਮੈਨੂੰ ਪਤਾ ਨਹੀਂ ਵਰਡ ਕੀ ਹੈਗਾ, ਪਰ ਮੈਂ ਕਹਾਂਗਾ ਮੇਰਾ ਸਿਰ ਝੁਕਦਾ ਹੈਗਾ ਕਿ ਜਿਹੜੇ ਸਾਡੇ ਭੈਣ ਭਰਾਵਾਂ ਨੇ 30 ਸਾਲਾਂ ਤੋਂ ਇਹ ਚੀਜ਼ ਨੂੰ ਜਾਰੀ ਰੱਖਿਆ। ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਸੀਗੀ ਜੋ ਕੁਛ ਇਹਨਾਂ ਨੇ ਕੀਤਾ ਹੈਗਾ। ਸਾਡੇ ਅਸੀਂ ਵੀ 1984 ਦਾ ਸਟੂਡੈਂਟ ਸੀਗਾ, ਉਦੋਂ ਸਾਨੂੰ ਵੀ ਦੁੱਖ ਲੱਗਿਆ ਸੀਗਾ, ਪਰ ਅਸੀਂ 2 ਸਾਲ ਨਾਲ ਰਹਿ ਕੇ ਨਾ ਅਸੀਂ ਦੂਰ ਹੋ ਗਏ ਸੀ, ਕਿਉਂਕਿ ਇਸ ਕਰਕੇ ਮੈਂ ਇਹਨਾਂ ਨੂੰ ਰੀਅਲੀ ਦੱਸ ਦਿੰਦਾ ਹੈਗਾ ਜਿਹਨਾਂ ਨੇ 30 ਸਾਲ ਇਹ ਚੀਜ਼ ਨੂੰ ਜਿੰਦਾ ਰੱਖਿਆ ਹੈਗਾ। ਅਤੇ ਹੁਣ ਜ਼ਰੂਰ ਬਹੁਤ ਇੰਪੋਰਟੈਂਟ ਹੈਗਾ ਕਿ ਆਪਾਂ ਇੱਕ ਦੂਜੇ ਦੇ ਜਿਹੜੇ ਵਿਚਾਰਾਂ ਦੇ ਜੇ ਫਰਕ ਵੀ ਹੋਵੇ ਤਾਂ ਵੀ ਟੋਲਰੈਂਸ ਸ਼ੋਅ ਕਰੀਏ। ਕਿਸੇ ਨੇ ਵਿਚਾਰ ਨਾ, ਜੇ ਕਿਸੇ ਨੇ ਵਿਚਾਰ ਦਿੱਤਾ ਉਹ ਠੀਕ ਦਿੱਤਾ, ਪਰ ਪਹਿਲਾਂ ਕਰੀਏ ਉਹਨੇ ਵਿਚਾਰਾ ਦਿੱਤਾ ਇਹਦਾ ਮਤਲਬ ਹੁਣ ਮੈਂ ਉਹਨੂੰ ਜਵਾਬ ਪਾ ਦੇਣਾ। ਪਲੀਜ਼ ਆਪਾਂ ਜੀ ਇਹਨੂੰ ਅਵੋਇਡ ਕਰ ਸਕਦੇ ਹਾਂ। ਡਬਲ ਸਾਹਿਬ, ਦੂਸਰੀ ਗੱਲ ਹੈਗੀ ਕਿ ਸਮੇਂ ਦੀ ਪਾਬੰਦੀ 'ਚ ਆਪਾਂ ਰਹਿਣਾ, ਤਾਂ ਪਰ ਡੁਪਲੀਕੇਟ ਨਾ ਕਰੀਏ, ਅਤੇ ਨਾ ਹੀ ਉਹ ਗੱਲਾਂ ਕਰੀਏ ਜਿਹੜੀਆਂ ਆਪਾਂ ਵਾਰ ਵਾਰ ਕਰ ਚੁੱਕੇ ਹਾਂ ਅਤੇ ਸੁਣ ਵੀ ਚੁੱਕੇ ਹਾਂ। ਆਪਾਂ ਕੱਲ੍ਹ ਸਿਰਫ ਇਹ ਕਰੀਏ ਕਿ ਆਪਾਂ ਗਾਂਹ ਕਿੱਦਾਂ ਪਹੁੰਚਣਾ ਹੈਗਾ। ਅਤੇ ਕਈ ਵਾਰੀ ਥੋੜ੍ਹੀ ਕੁ ਆਪਣੀ ਕਨਫਿਊਜ਼ਨ ਆ ਜਾਂਦੀ ਹੈ, ਆਪਾਂ ਕਹਿੰਦੇ ਸਵਾਲ ਪੁੱਛੋ, ਸਵਾਲ ਵੀ ਪੁੱਛਾਏ ਬੰਦਾ ਸਪੀਚ ਸ਼ੁਰੂ ਕਰ ਦਿੰਦਾ, ਆਪਾਂ ਕਹਿੰਦੇ ਸੁਝਾਅ ਦਿਓ ਉਹ ਸਪੀਚ ਦੇਣ ਲੱਗ ਪੈਂਦਾ। ਸੋ ਥੋੜ੍ਹਾ ਕੁ ਆਪਾਂ ਕਲੀਅਰ ਰਹੀਏ ਕਿ ਕਦੋਂ ਕਮੈਂਟ ਕਰਨਾ, ਕਦੋਂ ਆਪਾਂ ਸੁਝਾਅ ਦੇਣਾ, ਅਤੇ ਕਦੋਂ ਆਪਾਂ ਸਵਾਲ ਪੁੱਛਣਾ। ਅਤੇ ਉਹਦੇ ਨਾਲ ਵੀ ਥੋੜ੍ਹੀ ਜਿਹੜੀ ਪਾਬੰਦੀ ਹੈਗੀ ਟਾਈਮ ਦੀ, ਉਹ ਸੋਚ ਆਪਾਂ ਫਿਰਾ ਸਕਾਂਗੇ। ਅਤੇ ਆਖਿਰ ਦੇ ਵਿੱਚ ਜੇ ਤਾਂ ਆਪਾਂ ਉਸ ਸ਼ਹੀਦਾਂ ਨੂੰ ਸਨਮਾਨ ਕਰਨਾ ਹੈਗਾ, ਫਿਰ ਆਪਣੀ ਆਪਣੇ ਅਤੇ ਸਾਰਿਆਂ ਦਾ ਸਾਂਝਾ ਫਰਜ ਹੈਗਾ ਕਿ ਇਸ ਮੀਟਿੰਗ ਤੋਂ ਆਪਾਂ ਕੰਧ ਅਤੇ ਤੁਰਨਾ ਵੀ ਇਕੱਲਿਆਂ ਨੇ, ਸਾਰਿਆਂ ਨੇ ਇਕੱਠਿਆਂ ਨੇ ਤੁਰਨਾ, ਇਹ ਆਪਣਾ ਓਬਜੈਕਟਿਵ ਹੈਗਾ। ਸਾਰੀ ਮੀਟਿੰਗ ਰੱਖਣ ਦਾ ਇਹੀ ਓਬਜੈਕਟਿਵ ਹੈਗਾ ਕਿ ਆਪਾਂ ਕੰਧ ਇਕੱਠਿਆਂ ਨੇ ਤੁਰਨਾ, ਬਸ ਇਹ ਆਪਣਾ ਫੈਸਲਾ। ਹੁਣ ਜਿਹੜੀ ਮੀਟਿੰਗ 'ਤੇ ਆਪਣੇ ਪ੍ਰਧਾਨ ਜੀ ਬਣਾਉਣੇ ਪਾਸੋਂ